ਅਸਲਾਮੁਅਲੈਕੁਮ ਆਰਿਫ। ਵਾਲੇਕੁਮ ਸਲਾਮ ਆਰਿਫ ਯਾਰ, ਅੱਜ ਤਾਂ ਮਜ਼ੇ ਗਿੰਦਾ ਪਏ, ਇੰਨੀਆਂ ਚੈੱਕ ਕਰ ਇਰਾਨੀਆਂ ਦੇ ਹੈ। ਅੱਜ ਤਾਂ ਖੁੱਲੇ ਮਾਲ ਪਏ ਨੇ। ਇਹ ਤਾਂ ਸਾਰਾ ਇਰਾਨੀ ਹੈ ਜੀ। ਅੱਗੇ ਲੱਗਿਆ ਇਹ ਇਰਾਨੀ ਜੀ, ਇਹ ਇਰਾਨੀ। ਆਰਿਫ ਯਾਰ, ਇਰਾਨੀਆਂ ਦੇ ਮਾਲ ਤਾਂ ਦੇ ਜੈਨਮਨ ਸਾਫ ਸੁਥਰੇ। ਹਾਏ ਹਾਏ ਹੈ ਯਾਰ, ਇਹ ਚੈੱਕ ਕਰ ਉਸਤਾ ਜੀ, ਇਹ ਮੈਂ ਸਮਝ ਕੇ ਗਾਂ ਦਾ ਘਿਓ ਹੀ ਵੀ ਗਾਵਾ ਘਿਓ ਯਾਰ। ਕੀ ਕੀ ਇਹ ਕਿਹੜਾ ਇਹ ਕਾਲਾ ਇੰਨਾਂ ਨੇ ਪੇਟੀ ਬੰਦ ਆਉਂਦੇ ਨੇ 85 HP ਦੇ ਵਿੱਚ ਹੁੰਦੇ। ਨਹੀਂ ਕਹਿ ਕਹਿੰਦੀ ਤੇ ਨਾਲ ਨਹੀਂ ਆਉਂਦਾ, ਨਾ ਨਾਲ ਨਹੀਂ ਆਉਂਦਾ, ਪੇਟੀ ਬੰਦ ਆਉਂਦਾ। ਇਹ ਅਲੱਗਦਾ ਅਲੱਗਦਾ ਆਉਂਦਾ 80.1 ਨੂੰ ਹੀ ਕਾਲਾ ਇਹ, ਲੇਕਿਨ ਇਹ ਇੰਨਾਂ ਜਿਹੜੇ ਨਾ ਅਲੱਗ ਪੇਟੀ ਬੰਦ ਆ। ਬਸ ਇਹ ਇਰਾਨੀ ਉਹ ਇਰਾਨੀ ਇਹ ਇਰਾਨੀ ਅੱਗਾਂ ਯਾਰ, ਇੱਥੇ ਤਾਂ ਸਭ ਇਰਾਨੀ ਨੇ। ਕਰੈਂਕਾਂ ਦੇਖੋ ਜਨਾਬ, ਵੀਡੀਓ ਚੈੱਕ ਕਰੋ, ਐਕਸਲਾਂ ਚੈੱਕ ਕਰੋ, ਮਾਸ਼ਾਅੱਲਾ। ਆਓ ਜੀ ਇਸ ਸਾਈਡ ਦੇਖੋ ਜਨਾਬ, ਇਹ ਕੁੱਪੇ ਅਕਸਰ ਆ ਰਹੇ, ਰੂਟਰ ਕੰਮ ਛੋੜ ਲੈਣੇ ਨੇ। ਇਹ ਰੂਟਰ ਜੈਨੂਅਨ ਰੂਟਰ ਪਏ ਨੇ, ਉੱਤੇ ਦੇਖ ਲਾਈਨਾਂ ਲੱਗੀਆਂ ਖੜੀਆਂ ਨੇ। ਅੱਲਾ ਕਿਆ ਬਾਤ ਹੈ ਉਸਤਾਦ ਜੀ, ਛੋਟੇ ਜੀ। ਉਸਤਾਦ ਜੀ ਆਪਣਾ ਨੰਬਰ ਦੇਵਣਾ ਖੁਸ਼ ਹੈ ਸੋ ਜਾਂ ਨਹੀਂ, ਦੁਕਾਨ ਦਾ ਫੋਨ ਨੰਬਰ ਕਾਰਡ ਲੈ ਲਓ। ਅੱਛਾ ਕਾਰਡ ਹੀ, ਕਿਆ ਬਾਤ, ਕਾਰਡ ਦਿਖਾ ਚ ਅਸਾਂ ਨੇ ਆਡੀਅੰਸ ਨੂੰ ਦਿਖਾ ਦੇਣੇ ਆ। ਕੋਈ ਪਤਾ ਕਹਿਣਾ ਨਾ। ਹਾਂ ਜੀ, ਤੇ ਬਾਤ ਇਹ ਨਾ ਮੌਜਾਂ ਲੱਗ ਬੈਠਣ। ਆਰਿਫ ਟਿਊਬਾਂ ਬੜੀਆਂ ਸੋਹਣੀਆਂ ਸੋਹਣੀਆਂ, ਮਾਸ਼ਾਅੱਲਾ ਮਾਸ਼ਾਅੱਲਾ ਜਨਾਬ। ਆਰਿਫ ਇਹ ਕਿਆ ਚੀਜ਼ ਹੈ, ਇਹ ਤਾਂ ਪੁਰਜ਼ਾ ਕੇ ਡਿੱਠਾ ਹੀ ਨਹੀਂ। ਡਿੱਠਾ ਨਹੀਂ ਤੇ ਪਤਾ ਕਿਤੋਂ, ਪਤਾ ਹੀ ਪੈਣਾ ਹੈ। ਹਾਂ ਕੀ ਬਾਤ ਹੈ ਉਸਤਾਦ ਜੀ, ਆ ਗਈ ਕਾਰਡ। ਅੱਛਾ ਅਰਸ਼ਦ ਹੈਦਰੀ ਹੈ ਕੱਲੇ ਨੰਬਰ, ਮਾਸ਼ਾਅੱਲਾ। ਅਰਸ਼ਦ ਮਹਿਮੂਦ ਐਮ ਅਸ਼ਰਫ, ਇਹ ਜਨਾਬ ਨੰਬਰ ਪੈਣ, ਅਗਰ ਕਹਿ ਬੰਦੇ ਕੋਸ਼ਿਸ਼ ਚਾਹੀਦੀ ਹੋਵੇ, ਚਾਹੀਦੀ ਹੋਵੇ ਤਾਂ ਮਾਸ਼ਾਅੱਲਾ। ਕਾਫੀ ਮਾਲ ਪੈਣੀ, ਬਹੁਤ ਯਾਰ ਬਹੁਤ ਮਾਲ ਦੀ ਤਾਂ ਕਮੀ ਕੋਈ, ਮਾਲ ਤਾਂ ਚੈੱਕ ਕਰ ਜਨਾਬ। ਇਹੋ ਕੰਮ ਹੈ ਬਸ, ਬਹੁਤ ਆਲਾ ਕਿਸਮ ਦੇ ਮਾਲ ਪਏ ਨੀ। ਇਹ ਚੈੱਕ ਕਰ ਡਿਠੇ, ਇਹ ਡੰਡੇ ਨੀ ਕਾਪਲੀਨ ਹੈ, ਇਹ ਦੁੱਧ ਤੇ ਚੜ ਪੈਂਦੀ ਹੈ। ਇਹ ਵਾਲੀ ਗਰਾਰੀ ਜਿਹੜੀ ਹੈ ਇਹ ਟਾਪ ਸ਼ਾਫਟ ਦੇ ਉੱਤੇ ਲੱਗਦੀ ਹੈ ਤੇ ਅੱਗੂ ਇਹ ਕਾਪਲੀਨ ਆਉਂਦੀ ਹੈ। ਸਹੀ ਸਮਝ ਆ ਰਿਹਾ। ਹਾਂ ਜੀ, ਅਤੇ ਮਾਸ਼ਾਅੱਲਾ ਬੜੇ ਸੋਹਣੇ ਸੋਹਣੇ ਵਲੈਤੀ ਮਾਲ ਪੇਵਰ ਹੈ, ਬਹੁਤ ਸੋਹਣੇ ਆਈਟਮ ਪੈਣ ਮਹਿੰਗੇ ਤਾਂ ਉਸ ਨਾਲ ਵੀ ਗੋਦੇ ਬੜੇ ਸੋਹਣੇ ਨੇ ਯਾਰ, ਮਹਿੰਗੇ ਤਾਂ ਹੋਣੇ ਸਾਹਿਬ। ਹਾਂ ਅੱਛੇ, ਬਾਹਰੋਂ ਆਏ ਹੋਏ ਨੇ ਸਭ? ਹਾਂਜੀ। ਇਹ ਇਰਾਨੀ ਜਿਤਨੇ ਖੁੱਲੇ ਪਏ ਨੇ ਪਾਕਿਸਤਾਨ ਦੇ ਨਹੀਂ? ਨਹੀਂ ਨਹੀਂ ਨਹੀਂ, ਸਭ ਬਾਹਰੋਂ ਆਏ ਨੇ। ਡਰਾਈ ਬੋਰਡ, ਅੱਛਾ ਜਿਹੜਾ ਹਲਕਾ ਸਮਾਨ ਹੈ ਸਾਹਮਣੇ ਦੁਕਾਨ 'ਚ। ਅੱਛਾ, ਜਿਹੜਾ ਹਲਕਾ ਹੈ ਉਡੇ, ਜਿਹੜਾ ਚੰਗਾ ਹੈ ਇੱਥੇ, ਇਹ ਸਭ ਚੀਜ਼ਾਂ ਜੈਨੂਅਨ ਪਈਆਂ, ਰੀਅਲ ਗਰੰਟਿਡ ਗਰੰਟਿਡ। ਕੀ ਬਾਤ ਹੈ, ਇੱਥੇ ਮਰਜ਼ੀ ਦੇਖੋ, ਰੰਗ ਚੈੱਕ ਕਰੋ, ਇਹਦਾ ਮਾਡਲ ਨਾਮ ਥੱਲੇ ਹੋ ਰਹੇ 88990 ਮਾਡਲ ਨੇ। ਅੱਛਾ, ਇਹਦੇ ਰੰਗ ਚੈੱਕ ਕਰੋ ਤੁਸੀਂ, ਬੜੀ ਗੱਲ ਹੈ ਉਸਤਾਦ ਜੀ, ਮਹਿੰਗੇ ਤਾਂ ਹੋਸਨ ਇੰਜੇ ਗੱਲ ਹੈ, ਸਾਰੀ ਗੱਲ ਹੈ ਚੀਜ਼ ਦੇ ਪੈਸੇ ਨੇ। ਕੀ ਬਾਤ ਹੈ, ਗਾਵੇ ਘਿਓ ਪੈ ਨਾ ਹੈ, ਡਾਲਟੇ ਤੇ ਗਾਵੇ 'ਚ ਫਰਕ ਹੀ, ਰਾਤ ਫਰੀ ਦੇ ਪਾੜੇ ਫਰਕ ਹੀ ਨਾ, ਇਹਨਾਂ 'ਚ ਹੀ ਉਹ ਫਰਕ ਹੀ, ਇਹਨਾਂ 'ਚ ਹੀ ਉਹ, ਬੜੀ ਗੱਲ ਹੈ। ਅੱਛਾ ਸਹੀ ਹੈ ਉਸਤਾਦ ਜੀ, ਕਿ ਨਵੇਂ ਨਵੇਂ ਆਈਟਮ ਵਿੱਚੋਂ ਨਿਕਲੇ ਪੈਣ ਇਹਨਾਂ ਦੇ, ਕਿਆ ਇਹ ਚੱਲੇ ਹੋਏ ਨਹੀਂ ਹੁੰਦੇ? 300 ਘੰਟੇ ਟਰੈਕਟਰ ਚੱਲੇ ਹੋਏ ਨੇ ਟੋਟਲ ਟੋਟਲ। ਅੱਛਾ, ਕੋਈ 200 ਘੰਟੇ ਚੱਲਿਆ, ਕੋਈ 300 ਘੰਟੇ ਚੱਲਿਆ, ਬੜੀ ਗੱਲ ਹੈ ਸਮਝੋ। 3 ਆਇਲ ਜਾਂ 4 ਆਇਲ ਥੈਨ ਤੇ ਇੰਜਣ ਬੰਦ ਪੈਣ, ਬੰਦ ਪਏ
ਕਿਉਂਕਿ ਬਾਹਰ ਦਾ ਮਾਲ ਉੱਥੇ ਚੱਲਦਾ ਨਹੀਂ, ਉੱਥੇ ਘੰਟਿਆਂ ਦੇ ਹਿਸਾਬ ਨਾਲ ਚੱਲਦਾ। ਇਹਨਾਂ ਦੇ ਵਿੱਚ ਉਹ ਮਜ਼ਾ ਆਉਣਾ ਇਹਦਾ, ਹਰ ਇੱਕ ਚੀਜ਼ ਦਾ ਕਰੰਕਾ ਜੈਨੂਇਨ ਹੈ। ਜੇ ਗੱਲ ਹੈ, ਬੜੀ ਗੱਲ ਹੈ ਯਾਰ, ਬੜੀ ਗੱਲ ਹੈ। ਇਹ ਤੁਸੀਂ ਗੇਅਰ ਵੇਖ ਸਕਦੇ ਹੋ। ਅੱਛਾ, ਮੈਨੂਅਲ ਖਲੋਤਾ, ਕੋਈ ਆਵਾਜ਼ ਨਹੀਂ। ਕਿਆ ਬਾਤ ਹੈ, ਬਿਲਕੁਲ ਸੁੱਕਿਆ ਰਿਹਾ, ਜਦੋਂ ਤੇਲ ਪੈਣਾ ਇਹਨੂੰ ਪਤਾ ਹੀ ਨਹੀਂ। ਹੋਰ ਮਜ਼ਾ ਆਉਣਾ ਹੈ, ਹੋਰ ਮਜ਼ਾ ਆਉਣਾ ਹੈ। ਇਹ ਬਿਲਕੁਲ ਆਪਣੀ ਫਿਟਿੰਗ ਹੀ ਖੋਲਾ ਨਹੀਂ ਵੇ, ਆਪਣੀ ਹਰੇ ਲਾਕਾਂ ਲੱਗੀਆਂ ਹੋਈਆਂ ਨੇ ਅੰਦਰ। ਚੈੱਕ ਕਰੋਗੇ ਅੰਦਰ ਲਾਕਾਂ, ਸਮਝ ਆ ਗਿਆ, ਚੈੱਕ ਕਰੋ, ਸਮਝ ਆ ਗਈ ਹੈ, ਸਮਝ ਆ ਗਈ। ਇਹ ਚੈੱਕ ਕਰੋ, ਲਾਕਾਂ ਦੇ ਲੱਗੀਆਂ ਹੋਈਆਂ ਆਪਣੀਆਂ, ਇਹਦੀਆਂ ਪਾਲਿਸ਼ਾਂ ਨਹੀਂ ਉਤਰੀਆਂ ਲਗਾ ਦਿੰਦੀਆਂ। ਅੱਛਾ, ਇਹ ਗੇਅਰ ਉਸਤਾ ਜੀ ਕੁਝ ਅੰਦਾਜ਼ਾ ਕਿੰਨੇ ਪੈਸਿਆਂ ਦਾ ਸੀ? ਤਕਰੀਬਨ 2 ਦੇ ਨੇੜੇ ਤੇੜੇ, 81-85 2 ਲੱਖ ਰੁਪਏ ਦਾ ਨੇੜੇ ਤੇੜੇ। ਠੀਕ ਹੈ, ਗੇਅਰ ਇਨਸ਼ਾਅੱਲਾ, ਅਗਰ ਗੇਅਰ ਠੀਕ ਹੋਵੇ ਨਾ, ਪੈਸਾ ਜੀ ਮੁਨਾਸਿਬ ਹੀ, ਕਿਉਂਕਿ ਗੇਅਰ ਦੀ ਬਾਡੀ ਛੜੀ ਹੋਵੇ ਤੇ ਵਿੱਚ ਮਾਲ ਪਾਓ ਤਾਂ ਉਹ ਹੀ 2 ਲੱਖ ਦਾ ਪਾਇਆ। ਅਗਰ ਮੈਨੂੰ ਬਹੁਤ ਜ਼ਿਆਦਾ ਹੋਇਆ ਹੈ, ਮਹਿੰਗਾ ਹੋਇਆ ਨਾ, ਬਹੁਤ ਜ਼ਿਆਦਾ ਹੋਇਆ ਹੈ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਕਿਉਂਕਿ ਕੀਮਤਾਂ ਹੀ ਦੌਣ ਵਾ ਤੁਰੂ ਹੀ ਤੇ। ਹੁਣ ਤੁਸੀਂ ਟਰੈਕਟਰ ਦਾ ਰੇਟ ਵੇਖ ਸਕਦੇ ਹੋ। ਪੱਕੀ ਗੱਲ, ਬਿਲਕੁਲ ਹੀ ਸਹੀ ਹੈ। ਠੀਕ ਹੈ ਜਨਾਬ, ਬੜੀ ਮਿਹਰਬਾਨੀ, ਸ਼ੁਕਰੀਆ। ਇਹ ਕਿਸ ਮਾਡਲ ਦੀਆਂ ਹਾਂਡੀਆਂ? ਇਹ ਸਰ ਡਰਾਈਵ ਬੋਰਡ ਦੀ 99-90। ਅੱਛਾ, ਸੀਨੀਆਂ ਨਹੀਂ, ਫਿੱਟ ਹਰ ਸ਼ਾ ਫਿੱਟ ਹੈ। ਚੈੱਕ ਕਰੋ ਨਾ, ਪਾਲਿਸ਼ਾਂ ਨਹੀਂ ਉਤਰੀਆਂ ਕੜੇ ਪਿੰਨੀਆਂ ਹੁੰਦੀਆਂ। ਅੱਛਾ, ਗਰੰਟਿਡ ਖੁੱਲ੍ਹੇ ਨਹੀਂ ਆ ਜਾਂਦੇ? ਨਾ 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 ਨਾ, ਖੁੱਲ੍ਹੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਮੇਰਾ ਭਾਈ। ਚੈੱਕ ਕਰੋ, ਪਾਲਿਸ਼ਾਂ ਹੁਣ ਉਤਰ ਰਹੀਆਂ ਨੇ। ਅੱਛਾ, ਜੈਨੂਇਨ ਫਿਟਿੰਗ ਦੇ ਵਿੱਚ ਨਾ ਥੋੜਾ ਜਿਹਾ ਪਿੱਛਾ ਬੱਚਾ ਹੋਇਆ, ਠੀਕ, ਇਤਨਾ ਸਾਰਾ ਬੱਚਾ ਹੋਇਆ, ਲੇਕਿਨ ਅਸਾਂ ਜਿਤਨੇ ਖੁੱਲੀਂਦੇ ਪਏ ਨਾ, ਇਹ ਹੱਥੋਂ ਵਿੱਚ ਟੱਪਾ ਹੋਇਆ ਹੁੰਦਾ। ਹੁਣ ਦੇਖ ਕਿਤਨੀ ਸੋਹਣੀ ਗੁਲਾਈ ਨਾਲ ਆਪਣੀ ਚਮਕ ਮਾਰੀ ਪਈ। ਅਗਰ ਇਹ ਜ਼ਿਆਦਾ ਅੱਗਾ ਹੁੰਦਾ ਨਾ, ਤਾਂ ਉਹ ਖਾਵਿਆ ਪਿਛਲੀ ਸਾਈਡ, ਖਾਵਿਆ ਅਗਲੀ ਖੱਡਾ ਪਾ ਦੇਵੇ, ਇਹ ਨਾ। ਅੱਛਾ, ਬੜੀ ਸਮਝ ਹੁੰਦੀ ਹੈ ਤੁਹਾਨੂੰ, ਮੈਂ ਤਾਂ ਤੁਹਾਨੂੰ ਮਿਸਤਰੀ ਤਾਂ ਤੁਹਾਡੀ ਅੱਧ ਹੀ ਨਹੀਂ ਬਰਾਬਰੀ ਕਰ ਸਕਦਾ। ਮਿਸਤਰੀ ਨਹੀਂ, ਮਿਸਤਰੀ ਤਾਂ ਫਿਰ ਮਿਸਤਰੀ ਹੁੰਦਾ, ਨਾੜੀ ਨਾੜੀ ਖਿਲਾੜੀ ਖਿਲਾੜੀ ਹੈ, ਬਹੁਤ ਕਾਬਿਲ ਹੈ, ਕਿਉਂਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਪਰਖ ਹੈ, ਇਹ ਨਾ ਕਰਨੀ ਪੈਂਦੀ ਹੈ, ਕਰਨੀ ਪੈਂਦੀ ਹੈ, ਕੋਈ ਸ਼ੱਕ ਨਹੀਂ। ਅੱਛਾ, ਹੁਣ ਮਣਕਾ ਖੜਿਆ, ਅਰੇ ਚੈੱਕ ਕਰ, ਚੈੱਕ ਕਰੋ, ਅਰੇ ਮਹਿੰਗਾ ਬੜਾ ਉਹ ਸੀ ਆ, ਇਹਦੀ ਹਾਂਡੀਆਂ 40-40 ਹਜ਼ਾਰ ਦੀਆਂ ਵਿਕੀਆਂ ਨੇ। ਚਲੋ ਜੀ, ਮਾਸ਼ਾਅੱਲਾ, ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਦੇਖਦੇ ਹੋਗੇ ਪਾਲਸ਼ਾਂ ਹੁਣ ਉੱਤਰ ਰਹੀਆਂ ਨੇ, ਬੜੀ ਗੱਲ ਹੈ, ਬੜੀ ਗੱਲ ਹੈ, ਅੱਜ ਤਾਂ ਆਪਣੀਆਂ ਝਰੀਆਂ ਵਿੱਚ ਪਈਆਂ ਨੇ, ਜਰੀਆਂ ਛੱਡ ਕੇ ਤੁਸੀਂ ਵੇਖ ਸਕਦੇ ਪਾਲਸ਼ਾਂ ਹੁਣ ਉੱਤਰ ਰਹੀਆਂ ਨੇ, ਹਲੇ ਚੱਲੇ ਹੀ ਨਹੀਂ, ਬੜੀ ਗੱਲ, ਚੱਲਿਆ ਹੁੰਦਾ ਤੇ ਪਾਲਸ਼ਾਂ ਉੱਤਰ, ਪਾਲਿਸ਼ ਹੋ ਗਿਆ, ਕੋਈ ਸ਼ੱਕ ਨਹੀਂ ਜੀ, ਬੜੀ ਗੱਲ ਹੈ, ਬੜੀ ਗੱਲ ਹੈ। ਤੇ ਸਾ ਜੀ, ਇਹਨਾਂ ਮਾਲਾਂ ਦੇ ਬਾਅਦ ਮਜ਼ੇ ਹੁਣ ਤੁਸੀਂ ਐਕਸਲ ਦੇਖ ਸਕਦੇ ਹੋ, ਕੀ ਬਾਤ ਹੈ, ਇਹ ਸਾਈਜ਼ ਵੀ ਆਪਣੇ ਆਪਣੇ ਸਾਈਜ਼। ਅੱਛਾ, ਠੀਕ ਹੈ ਜਨਾਬ, ਬੜੀ ਮਿਹਰਬਾਨੀ, ਸ਼ੁਕਰੀਆ, ਅੱਲਾਹ ਹਾਫਿਜ਼।